ਤੁਹਾਨੂੰ ਲੱਗ ਨਹੀਂ ਰਿਹਾ ਕਿ ਇਹ ਕਿਸਾਨੀ ਅੰਦੋਲਨ ਦੇ ਕਿਤੇ ਨਾ ਕਿਤੇ ਰਾਜਨੀਤੀ ਵੀ ਕੀਤੀ ਜਾ ਰਹੀ ਹੈ? ਜਿੱਥੇ 4 ਸਾਲ ਸਰਕਾਰ ਨੇ ਵਾਅਦੇ ਕੀਤੇ ਪਰ ਉਹ ਪੂਰੇ ਨਹੀਂ ਹੋਏ, ਤਾਂ ਅੱਜ ਉਹ ਕਹਿ ਰਹੀ ਹੈ ਕਿ ਅਸੀਂ ਔਰਤਾਂ ਲਈ ਕਿਰਾਇਆ ਫ੍ਰੀ ਕਰ ਦੇਵਾਂਗੇ, ਪੈਨਸ਼ਨ ਦੁੱਗਣੀ ਕਰ ਦੇਵਾਂਗੇ, ਕਿਸਾਨਾਂ ਦੇ ਕਰਜ਼ੇ ਮਾਫ ਕਰ ਦੇਵਾਂਗੇ। ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਤੁਸੀਂ 2000 ਦਾ 1500 ਰੁਪਈਆ ਤੁਸੀਂ ਦੱਸੋ, 1500 ਰੁਪਈਏ ਨਾਲ ਕੀ ਹੁੰਦਾ? ਆਪ ਤੁਸੀਂ 85,000 ਲੈਂਦੇ ਜੇ, ਤੁਸੀਂ ਉਹ ਵਾਅਦਾ ਨਹੀਂ, ਗਾਂ ਨੌਜਵਾਨ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਤੁਸੀਂ ਦੇ ਸਕਦੇ, ਨੌਕਰੀਆਂ ਦਾ ਲਾਰਾ ਤੁਹਾਡਾ ਫਲੋਪ ਹੋ ਗਿਆ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੋਂ ਤਾਂ ਸਰਕਾਰ ਮੁਨਕਰ ਹੋ ਗਈ, ਜਿਹੜਾ ਉਹਨੇ ਕਰਜ਼ਾ ਮਾਫੀ ਦੀ ਗੱਲ ਕਹੀ ਬਹੁਤ ਥੋੜੀ ਆ। ਤਾਂ ਡੈਡਲੌਕ ਬਣਿਆ ਹੋਇਆ, ਕਿਸ ਤਰ੍ਹਾਂ ਟੁੱਟੇਗਾ? ਗੱਲਬਾਤ ਤਾਂ ਹੋ ਨਹੀਂ ਰਹੀ, ਫਿਰ ਹੱਲ ਕਿਸ ਤਰ੍ਹਾਂ? ਅੰਦੋਲਨ ਰੋਜ਼ ਨਾ ਰੋਜ਼ ਨਵਾਂ ਪੜਾਅ 'ਚ ਪਹੁੰਚਦਾ, ਦੇਸ਼ ਦੇ ਹਿੱਸਿਆਂ 'ਚ ਫੈਲ ਰਿਹਾ ਵਾ। ਸਰਕਾਰ ਸ਼ਰਤ ਲੈ ਕੇ ਗੱਲ ਕਰਨਾ ਚਾਹੁੰਦੀ ਕਿ ਨਵਾਂ ਪਛਤਾ ਲਿਆ, ਜਿਹਨੂੰ ਠਕਰਾ ਦਿੱਤਾ ਕਿਸਾਨਾਂ ਨੇ। ਕਿਸਾਨ ਅੰਦੋਲਨ ਅੱਗੇ ਨੂੰ ਜਾ ਰਿਹਾ, ਸਰਕਾਰ ਬੈਕਫੁੱਟ ਤੇ ਜਾ ਰਹੀ ਆ, ਤੇ ਇਹਦਾ ਮਤਲਬ ਪ੍ਰੈਸ਼ਰ 'ਚ ਨੇ ਪੂਰੇ, ਗਾਂ ਇਲੈਕਸ਼ਨਾਂ ਵੀ ਜਿੱਤਣੀਆਂ ਉਹਨਾਂ ਨੇ। ਸਮਰਥਨ ਉਸ ਕਿਸਾਨੀ ਅੰਦੋਲਨ ਨੂੰ ਮਿਲ ਰਿਹਾ ਹੈਗਾ, ਪਰ ਖੱਟਰ ਸਰਕਾਰ ਨੇ ਤਾਂ 2 ਟੁੱਕ ਹੀ ਗੱਲ ਕੀਤੀ ਆ ਕਿ ਇਹ ਜਿਹੜੇ ਕ੍ਰਿਸ਼ੀ ਕਾਨੂੰਨ ਨੇ ਇਹ ਰੱਦ ਹੀ ਨਹੀਂ ਹੋਣੇ। ਖੱਟਰ ਤਾਂ ਵੀ ਕਹਿੰਦਾ ਸੀ ਟੋਲ ਪਲਾਜ਼ੇ ਨਹੀਂ ਬੰਦ ਖੁੱਲ ਫਰੀ ਹੁੰਦੇ ਨੇ, ਸੋ ਖੱਟਰ ਦੇ ਕਿਹਾ ਕੁਝ ਵੀ ਨਹੀਂ ਰੁਕਦਾ, ਲੋਕਾਂ ਨੇ ਫੈਸਲੇ ਕਰਨੇ ਆ। दर्शकों तुसी देख रहे हो पंजाब न्यूज़ से, मैं हरजीत कौर लगातार किसानी अंदोलन की पल पल की अपडेट तुहानू दे रही हाँ। मौजूदा किसान मजदूर संघर्ष कमेटी के सरवन सिंह पधीर जी साढ़े नाल ने गल्लां करांगे, इन्हां दा विचारा करांगे, क्योंकि हुण तुसी देख सकते हो कि वड्डे पद्धर ते इन्हां दे काफले आ जिहड़े ओह तरन तारण अमृतसर तों गुरदासपुर तों चल के इस किसानी अंदोलन च आ रहे हैं, जिथे दस्या जा रहा सी कि 26 तो बाद जिहड़ा रश आ ओह घटदा जा रहा, किसान घरां नूं जा रहे हैं। तो तुसी देखो कि इस किसानी अंदोलन दे विच हुण वध चढ़ के लोकां दी हमायत आ जिहड़ी ओह हो रही है, लगातार जथे आ जिहड़े इस किसानी अंदोलन दे विच आ रहे हैं। साढ़े नाल सरवन सिंह पधीर जी मौजूद आ, गलबात करांगे ते सारी ही अपडेट किसान मजदूर संघर्ष कमेटी दी जाणांगे। वाहिगुरू जी का खालसा, वाहिगुरू जी खालसा फतेह जी। पधीर साहब जी, सब तो पहला सानू तुसी जरूर जाणू करवा दो कि तुहाडे काफले जिहड़े लगातार रहे, तुसी पंजाब दे विच किस तरह लामत कीता किसानां नूं? देखिया, मैं 14 दिन लई गया सीगा, उदों 22 नूं उहदे 14 दिन लाके 2 साढ़े किसान शहीद होए सी, जगीर सिंह जी गुरदासपुर, इधर ਨੌਜਵਾਨ ਆਗੂ ਸੀਗਾ ਦੁਆਬੇ ਦੇ ਵਿੱਚ, 12 ਦਿਨ ਲਾ ਕੇ ਸੀ ਪਿੰਡਾਂ 'ਚ, ਹਜ਼ਾਰਾਂ ਟਰੈਕਟਰ ਟਰਾਲੀਆਂ ਦਾ ਜੱਥਾ, 5 ਨੂੰ ਗੋਲਡਨ ਗੇਟ ਅੰਮ੍ਰਿਤਸਰ ਤੋਂ ਰਵਾਨਾ ਕਰਕੇ 6 ਨੂੰ ਅਸੀਂ ਐਂਟਰੀ ਕੀਤੀ ਸੀ, ਉਹ ਸਾਡਾ 8ਵਾਂ ਜੱਥਾ ਸੀ। 9ਵਾਂ ਜੱਥਾ ਸਾਡਾ ਜਿਹੜਾ ਵਾ ਉਹ ਤਰਨ ਤਾਰਨ ਤੋਂ 20 ਮਾਰਚ ਨੂੰ ਸ਼ੁਰੂ ਹੋਊਗਾ, 21 ਮਾਰਚ ਨੂੰ ਇੱਥੇ ਆ ਕੇ ਪਹੁੰਚੂਗਾ ਜੀ। ਅਸੀਂ ਦੇਖਿਆ ਕਿ ਤੁਹਾਡਾ ਰੇਡ ਰੁਕੋ ਅੰਦੋਲਨ ਵੀ ਚੱਲ ਰਿਹਾ, ਤਾਂ ਕਿੱਥੋਂ ਤੱਕ ਹੁਣ ਪਹੁੰਚਿਆ ਹੈਗਾ, ਕਿ ਅੱਗੇ ਵੀ ਚੱਲਦਾ ਰਹੇਗਾ ਜਾਂ ਤੁਹਾਡੇ ਵੱਲੋਂ ਉਹਨੂੰ ਖਾਰਜ ਕੀਤਾ ਜਾਊਗਾ? 169 ਦਿਨ ਹੋ ਗਏ 24 ਸਤੰਬਰ ਤੋਂ ਰੇਲ ਰੋਕੋ ਅੰਦੋਲਨ, ਇਹ ਰੇਲ ਰੋਕੋ ਅੰਦੋਲਨ ਨੇ ਪੰਜਾਬ ਦੇ ਵਿੱਚ ਜਿਹੜਾ ਮੁੱਢ ਬਣਿਆ ਸੀਗਾ ਅੰਦੋਲਨ ਦਾ ਜੀ। ਹੁਣ ਕਿਉਂਕਿ ਗੜੀ ਕਣਕ ਦੀ ਵਾਢੀ ਆ ਰਹੀ ਆ ਅਤੇ ਜਿਹੜੀ ਮਸ਼ੀਨਰੀ ਆ ਸਾਡੀ ਖੇਤਾਂ ਦੀ ਉਹ ਵਿਅਸਤ ਹੋ ਸਕਦੀ ਹੈ, ਅਗਾਂਹ ਵੱਢ ਪੁੱਟਣੇ ਆ ਝੋਨੇ ਲਵਾਈ 'ਚ, ਅਤੇ ਉਹ ਜੁਲਾਈ ਦੇ ਲਾਸਟ ਤੱਕ ਅਸੀਂ ਫੈਸਲਾ ਕੀਤਾ ਵੀ ਹੁਣ ਹਾਲ ਦੀ ਘੜੀ ਰੇਲ ਰੋਕੋ ਵਾਪਸ ਲੈ ਲਈਏ, ਅਤੇ ਸਮੇਂ ਦੇ ਵਿੱਚ ਤਾਂ ਕਿ ਰੇਲਾਂ ਰਾਹੀਂ ਵੀ ਜਿਹੜੇ ਕਿਸਾਨ ਮਜ਼ਦੂਰ ਆਉਣਾ ਚਾਹੁੰਦੇ ਉਹ ਆ ਜਾਣ। ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਵੀ ਆਇਆ ਸੀਗਾ ਸਾਨੂੰ ਵੀ ਚਲੋ ਦੇਖੋ, ਅਤੇ ਉੱਥੇ FCI ਨੇ ਬਹੁਤ ਸਾਰੇ ਗੋਦਾਮਾਂ 'ਚੋਂ ਮਾਲ ਵੀ ਨਹੀਂ ਸੀ ਚੱਕਿਆ ਹੈਗਾ, ਤੋ ਇਸ ਕਿਸਮ ਦਾ ਬਹਾਨਾ ਨਹੀਂ ਸੀ ਸਰਕਾਰ ਨੂੰ ਅਸੀਂ ਦੇਣਾ ਚਾਹੁੰਦੇ, ਸੋ ਇਹਦੇ ਵਾਸਤੇ ਅਸੀਂ ਵਪਾਰੀਆਂ ਨੇ, ਸਥਾਨਕ ਲੋਕਾਂ ਨੇ, ਸ਼ਹਿਰੀਆਂ ਨੇ, ਕਿਸਾਨਾਂ ਨੇ, ਮਜ਼ਦੂਰਾਂ ਨੇ, ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਸੀਗਾ, ਤੋ ਇਸ ਕਰਕੇ ਅਸੀਂ ਵਕਤੀ ਤੌਰ 'ਤੇ ਇਹਨੂੰ ਵਾਪਸ ਲੈ ਲਿਆ ਵੀ ਹਾਲ ਦੀ ਘੜੀ ਦਬਾਅ ਤਾਂ ਨਹੀਂ ਪਾਇਆ ਜਾ ਰਿਹਾ ਨਾ ਸਰਕਾਰ ਦੇ ਦਬਾਅ ਤੋਂ, ਅਸੀਂ ਨਾ ਕਦੀ ਕੱਲ੍ਹ ਡਰੇ ਨਾ ਅੱਜ ਡਰੇ, ਐਂ ਨਹੀਂ ਕੋਈ ਰੌਲਾ ਹੈਗਾ ਜੀ। ਤਾਂ ਕਿੰਨੇ ਸਮੇਂ ਵਾਸਤੇ ਹੁਣ ਤੁਸੀਂ ਜਿਹੜਾ ਉਹ ਪੋਸਟਪੋਨ ਕੀਤਾ, ਅੱਗੇ ਵੀ ਚੱਲੇਗਾ ਜਾਂ ਨਹੀਂ ਚੱਲੇਗਾ? ਅੱਜ ਜੁਲਾਈ 'ਚ ਜਥੇਬੰਦੀ ਫੈਸਲਾ ਕਰੂ ਵੀ ਚਲਾਉਣਾ ਕਿ ਨਹੀਂ ਚਲਾਉਣਾ, ਅਜੇ ਤੱਕ ਉਹਨੂੰ ਪੋਸਟਪੋਨ ਕਰ ਲਿਆ, ਜੁਲਾਈ ਦੇ ਲਾਸਟ ਜਾ ਕੇ ਫੈਸਲਾ ਕਰਾਂਗੇ ਜਦੋਂ ਐਂ ਝੋਨੇ ਤੋਂ ਬਾਅਦ, ਹਾਂ ਝੋਨਾ ਲਵਾਈ ਵੀ, ਵਾਢੀਆਂ ਅਤੇ ਝੋਨਾ ਦੀ ਲਵਾਈ ਹੋ ਜਾਊ। ਅੱਛਾ ਜੀ, ਝੋਨੇ ਦੀ ਲਵਾਈ ਤੋਂ ਬਾਅਦ। ਪਧੇਰ ਸਾਹਿਬ ਜੀ, ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੋਗਰਾਮ ਦਿੱਤੇ ਜਾ ਰਹੇ ਨੇ, ਅਤੇ ਤੁਹਾਡੇ ਵੱਲੋਂ ਵੀ ਕੋਈ ਹੁਣ ਪ੍ਰੋਗਰਾਮ ਅੱਗੇ ਦਿੱਤੇ ਜਾ ਰਹੇ ਨੇ? ਦੇਖੋ, ਆਪਣੇ ਪੱਧਰ 'ਤੇ ਵੀ ਜਿਹੜੇ ਪ੍ਰੋਗਰਾਮ ਰੈਲੀਆਂ ਜਿੱਦਾਂ ਆਪਾਂ ਮਾਝੇ 'ਚ ਕੀਤੀ ਸੀ, ਹੁਣ ਦੁਆਬੇ 'ਚ ਮਾਲਵੇ 'ਚ ਕਰ ਰਹੇ ਹਾਂ, 12 ਨੂੰ ਅਸੀਂ ਜਿਹੜੀ ਮਹਾਂ ਰੈਲੀ ਕਰਾਂਗੇ ਜਲੰਧਰ ਦੇ ਵਿੱਚ, ਅਸੀਂ 14 ਨੂੰ ਕਰਾਂਗੇ ਕਪੂਰਥਲਾ ਦੇ ਵਿੱਚ, ਅਤੇ 15 ਨੂੰ ਫਿਰੋਜ਼ਪੁਰ ਦੇ ਵਿੱਚ, ਸੋ ਉਹ ਦਿੱਲੀ ਮੋਰਚੇ ਨੂੰ ਕਾਇਮ ਕਰ ਲਿਆ। ਬਾਕੀ ਜੋ ਦੇਸ਼ ਲਈ ਹਿੱਤ ਲਈ ਸਾਂਝੀਆਂ ਕਾਲਾਂ ਕੋਈ ਵੀ ਆਉਂਦੀਆਂ, ਤੁਹਾਨੂੰ ਜਥੇਬੰਦੀ ਵਿਚਾਰ ਕੇ ਪਹਿਲਾਂ ਵੀ ਸਾਂਝੇ ਘੋਲਾਂ ਦੀ ਸਮਰਥਨ ਰਹੀ ਆ, ਮਦਈ ਰਹੀ ਆ, ਕਿਉਂਕਿ ਮੋਦੀ ਸਰਕਾਰ ਦੇ ਅੰਦੋਲਨ ਖੇਤੀ ਦੇ ਕਾਨੂੰਨ ਰੱਦ ਕਰਾਉਣੇ, ਅਤੇ ਗਾਹਾਂ ਵੀ ਜੋੜਨਾ ਸੀ ਉਹਨਾਂ ਕਾਲਾਂ ਦਾ ਸਮਰਥਨ ਕਰਾਂਗੇ, ਲਾਗੂ ਕਰਾਂਗੇ। ਇਹ ਮਹਾਂ ਰੈਲੀਆਂ ਦੇ ਵਿੱਚ ਫਿਰ ਤੁਹਾਡੇ ਵੱਲੋਂ ਕੀ ਫੈਸਲੇ ਲਏ ਜਾਂਦੇ ਨੇ, ਕਿਸ ਤਰ੍ਹਾਂ ਲਾਮਬੰਦ ਕੀਤਾ ਜਾਂਦਾ ਕਿਸਾਨਾਂ? ਅਸਲ ਵਿੱਚ ਆ ਵੀ ਉੱਥੇ ਲੋਕਾਂ ਦੇ ਨਾਲ ਜਿਹੜਾ ਵਿਚਾਰ ਵਟਾਂਦਰਾ ਹੁੰਦਾ, ਇੱਕ ਤਾਂ ਵੱਡੇ ਇਕੱਠ ਹੋ ਜਾਂਦੇ, ਫਿਰ ਲੋਕਾਂ ਨੂੰ ਪ੍ਰੇਰਿਤ ਕਰੀਦਾ ਵੀ ਵੱਡਾ ਅੰਦੋਲਨ ਆ, ਲੰਮੇ ਦਾ ਤੋਂ ਚੱਲਣਾ, ਜਿਹੜੇ ਗਰਮੀ ਦੇ ਜਿਹੜੀਆਂ ਚੀਜ਼ਾਂ ਟਰਾਲੀਆਂ ਵਿੱਚ ਪੱਖੇ ਚਾਹੀਦੇ ਆ, ਜਾਲੀ ਚਾਹੀਦੀ ਆ, ਆਟੋਮੋਸ ਚਾਹੀਦਾ, ਵਿੱਚ ਰਿਫਿਲ ਲੱਗਦੀ ਆ, ਜਾਂ ਪਾਣੀ ਦੀ ਵਿਵਸਥਾ ਚਾਹੀਦੀ, ਗਰਮੀਆਂ ਦੇ ਸਾਰੇ ਪ੍ਰਬੰਧ ਕਰਕੇ ਆਉਣ ਲਈ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਇਸ ਤਰ੍ਹਾਂ ਕਿਹਨਾਂ ਪਾਉਣਾ ਚਾਹੀਦਾ। ਗੱਲਾਂ ਜਿਹੜੀਆਂ ਖੁੱਲ੍ਹੀਆਂ
ਜਾਂਦੀਆਂ। ਬਿਲਕੁਲ ਬਿਲਕੁਲ, ਲੋਕਾਂ ਨੂੰ ਮਾਨਸਿਕ ਤੌਰ ਤੇ ਤਿਆਰ ਕਰਨਾ ਹੁੰਦਾ ਵੀ ਲੰਮਾ ਚੱਲ ਸਕਦਾ ਅੰਦੋਲਨ, ਤੇ ਜਿਹੜੇ ਲੋਕ ਮਾਨਸਿਕ ਤੌਰ ਤੇ ਤਿਆਰ ਹੋ ਜਾਣ ਫਿਰ ਅੰਦੋਲਨ ਭਾਵੇਂ ਸਾਲ ਚੱਲੇ ਤੇ ਭਾਵੇਂ 5 ਸਾਲ ਚੱਲੇ ਇਹ ਅੰਦੋਲਨ ਜਿੱਤ ਤੱਕ ਲੜਦੇ ਹੁੰਦੇ ਲੋਕ ਜੀ। ਪ੍ਰਦੇਸ਼ ਸਾਹਿਬ ਜੀ, ਕਿਸ ਤਰ੍ਹਾਂ ਲੱਗ ਰਿਹਾ ਹੁਣ ਕਿਉਂਕਿ ਲਗਾਤਾਰ 103 ਦਿਨ ਹੋ ਚੁੱਕੇ ਨੇ ਮੋਰਚਾ ਚੱਲ ਰਿਹਾ, ਪਰ ਸਰਕਾਰ ਵੱਲੋਂ ਵੀ ਕੋਈ ਜਿਹੜਾ ਬਹੁਤਾ ਅਸਰ ਉਹ ਨਹੀਂ ਪੈ ਰਿਹਾ ਹੈਗਾ ਸਰਕਾਰ ਤੇ, ਤਾਂ ਡੈਡਲੌਕ ਬਣਿਆ ਹੋਇਆ, ਕਿਸ ਤਰ੍ਹਾਂ ਟੁੱਟੇਗਾ, ਗੱਲਬਾਤ ਤਾਂ ਹੋ ਨਹੀਂ ਰਹੀ, ਫਿਰ ਹੱਲ ਕਿਸ ਤਰ੍ਹਾਂ ਨਿਕਲੇਗਾ? ਦੇਖੋ, ਐਂ ਨਹੀਂ ਹੈਗਾ, ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹੀ ਸਮੱਸਿਆ ਹੈਗੀ। ਅੰਦੋਲਨ ਰੋਜ਼ ਨਾ ਰੋਜ਼ ਨਵਾਂ ਪੜਾਅ 'ਚ ਪਹੁੰਚਦਾ, ਦੇਸ਼ ਦੇ ਹਿੱਸਿਆਂ 'ਚ ਫੈਲ ਰਿਹਾ ਵਾ, ਵਿਦੇਸ਼ਾਂ ਦੇ ਵਿੱਚ ਭਾਰਤ ਸਰਕਾਰ ਦੀ ਜਿਹੜੀ ਕੋਈ ਜਿਹੜੀ ਪੋਲਿਸੀ ਆ ਉਹਨੂੰ ਨਿੰਦਿਆ ਜਾ ਰਿਹਾ, ਭਾਰਤ ਸਰਕਾਰ ਦਾ ਕੋਈ ਚਿਹਰਾ ਚੰਗਾ ਨਹੀਂ ਹੈਗਾ ਬਾਹਰ ਵਿੱਚ, ਤਾਂ ਉਹਦੀ ਬੜੀ ਆਲੋਚਨਾ ਹੋ ਰਹੀ ਆ। ਇੱਧਰਲੇ ਪਾਸੇ ਸਰਕਾਰ ਸ਼ਰਤ ਲੈ ਕੇ ਗੱਲ ਕਰਨਾ ਚਾਹੁੰਦੀ ਕਿ ਨਵਾਂ ਪ੍ਰਸਤਾਵ ਲਿਆ ਜਿਹਨੂੰ ਠੁਕਰਾ ਦਿੱਤਾ ਕਿਸਾਨਾਂ ਨੇ, ਸਰਕਾਰ ਜੋ ਮਰਜ਼ੀ ਕਰ ਲਏ ਲੋਕਾਂ ਦਾ ਅੰਦੋਲਨ। ਸਰਕਾਰ ਕਹਿੰਦੀ ਵੀ ਨਵਾਂ ਪ੍ਰਸਤਾਵ ਲੈ ਕੇ ਆਉਣ ਕਿਸਾਨ, ਮਤਲਬ ਸੋਧਾਂ ਵਾਲੀ ਕੋਈ ਗੱਲ ਕਰਨ, ਉਹ ਨਹੀਂ ਕਿਸਾਨਾਂ ਨੇ ਮੰਨੀ ਵੀ ਨਹੀਂ ਕਰਨਾ। ਅੰਦੋਲਨ ਵਿੱਚ ਅਸੀਂ ਕਹਿ ਰਹੇ ਗਿਣਤੀ ਵੱਧ ਰਹੀ ਆ, ਆਮ ਲੋਕਾਂ ਦੀ, ਔਰਤਾਂ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ, ਨੌਜਵਾਨਾਂ ਦੀ। ਕਿਸਾਨ ਅੰਦੋਲਨ ਅੱਗੇ ਨੂੰ ਜਾ ਰਿਹਾ, ਸਰਕਾਰ ਬੈਕਫੁੱਟ 'ਤੇ ਜਾ ਰਹੀ ਆ, ਉਹ ਹੁਣ ਸੁੰਨ ਸਮਾਧੀ 'ਚ ਗੁੰਮ ਜੇ ਹੋ ਕੇ ਬੈਠੇ ਆ, ਨਾ ਕੋ ਹਾਂ ਅਤੇ ਨਾ ਕੋ ਨਾ, ਅਤੇ ਇਹਦਾ ਮਤਲਬ ਪ੍ਰੈਸ਼ਰ 'ਚ ਨੇ ਪੂਰੇ, ਗਾਂਹ ਇਲੈਕਸ਼ਨਾਂ ਵੀ ਜਿੱਤਣੀਆਂ ਉਹਨਾਂ ਨੇ, ਤਾਂ ਦੁਇਸ ਕਰਕੇ ਆ ਵੀ ਸਰਕਾਰ ਨੂੰ ਗੱਲਬਾਤ ਵੀ ਕਰਨੀ ਪਊਗੀ ਅਤੇ ਕਾਨੂੰਨ ਵੀ ਰੱਦ ਕਹਿੰਦੇ ਅਤੇ ਲੋਕਾਂ ਨੇ ਕਰਾ ਲੈਣੇ, ਲੋਕਾਂ ਤੋਂ ਵੱਡੀਆਂ ਸਰਕਾਰਾਂ ਨਹੀਂ ਹੁੰਦੀ, ਸਾਨੂੰ ਪੂਰੀ ਆਸ ਹੈ ਆਪਣੇ ਲੋਕਾਂ ਤੋਂ। ਤੁਸੀਂ ਦੇਖ ਸਕਦੇ ਹੋ ਕਿ ਸਾਡੇ ਨਾਲ ਹਰਿਆਣਾ ਵੀ ਜੁੜਿਆ ਹੋਇਆ, ਸਾਡੇ ਨਾਲ ਪੂਰੀਆਂ ਸਟੇਟਾਂ ਤੋਂ ਜਿਹੜਾ ਸਮਰਥਨ ਉਸ ਕਿਸਾਨੀ ਅੰਦੋਲਨ ਨੂੰ ਮਿਲ ਰਿਹਾ ਹੈਗਾ, ਪਰ ਖੱਟਰ ਸਰਕਾਰ ਨੇ ਤਾਂ ਦੋ ਟੁੱਕ ਹੀ ਗੱਲ ਕੀਤੀ ਆ ਕਿ ਇਹ ਜਿਹੜੇ ਕ੍ਰਿਸ਼ੀ ਕਾਨੂੰਨ ਨੇ ਇਹ ਰੱਦ ਹੀ ਨਹੀਂ ਹੋਣੇ। ਆ ਦੇਖੋ, ਇਹੋ ਜਿਹੀਆਂ ਗੱਲਾਂ ਪਹਿਲਾਂ ਵੀ ਭਾਜਪਾ ਕਰਦੀ ਸੀ, ਉਹ ਕਹਿੰਦੇ ਸੀ ਕਾਨੂੰਨ ਹੀ ਚੰਗੇ ਆ, ਫਿਰ ਆਪੇ ਮੰਨ ਲਿਆ ਵੀ ਸੋਧਾਂ ਕਰਨ ਨੂੰ ਤਿਆਰ ਆ, ਮਾੜੇ ਵੀ ਮੰਨ ਲਏ, ਫਿਰ ਇਹ ਮੰਨ ਲਿਆ ਵੀ ਅਸੀਂ ਜਿਹੜਾ ਵਾ ਇਹਨਾਂ ਨੂੰ 1.5 ਸਾਲ ਲਈ ਹੋਲਡ ਕਰਨ ਨੂੰ ਤਿਆਰ ਹਾਂ। ਇਹ ਗੱਲਾਂ ਹੀ ਖੱਟਰ ਤਾਂ ਵੀ ਕਹਿੰਦਾ ਸੀ ਟੋਲ ਪਲਾਜ਼ੇ ਨਹੀਂ ਬੰਦ ਖੁੱਲ ਫਰੀ ਹੋਣ ਦੇਣੇ, ਸੋ ਖੱਟਰ ਦੇ ਕਿਹਾ ਕੁਛ ਵੀ ਨਹੀਂ ਰੁਕਦਾ, ਲੋਕਾਂ ਨੇ ਫੈਸਲੇ ਕਰਨੇ ਆ, ਤਾਂ ਇਸ ਕਰਕੇ ਲੋਕਾਂ ਨੇ ਪਹਿਲਾਂ ਵੀ ਹਾਕਮਾਂ ਦੀਆਂ ਚੁਣੌਤੀਆਂ ਨੂੰ ਠਕਰਾਇਆ ਵਾ, ਹਾਕਮਾਂ ਦੀ ਚੁਣੌਤੀਆਂ ਨੂੰ ਕਬੂਲ ਕੀਤਾ, ਗਾਂਹ ਵੀ ਕਰ ਲੈਣਾ ਉਹਨਾਂ ਨੇ। ਤੁਹਾਨੂੰ ਲੱਗ ਨਹੀਂ ਰਿਹਾ ਹੈਗਾ ਕਿ ਇਹ ਕਿਸਾਨੀ ਅੰਦੋਲਨ 'ਤੇ ਕਿਤੇ ਨਾ ਕਿਤੇ ਰਾਜਨੀਤੀ ਵੀ ਕੀਤੀ ਜਾ ਰਹੀ ਹੈ? ਜਿਸ ਤਰ੍ਹਾਂ ਪੰਜਾਬ ਦਾ ਬਜਟ ਪੇਸ਼ ਹੋਇਆ, ਉਹਦੇ ਵਿੱਚ ਵੀ ਜਿੱਥੇ 4 ਸਾਲ ਸਰਕਾਰ ਨੇ ਵਾਅਦੇ ਕੀਤੇ ਪਰ ਉਹ ਪੂਰੇ ਨਹੀਂ ਹੋਏ, ਤਾਂ ਅੱਜ ਉਹ ਕਹਿ ਰਹੀ ਹੈ ਕਿ ਅਸੀਂ ਔਰਤਾਂ ਲਈ ਕਿਰਾਇਆ ਫ੍ਰੀ ਕਰ ਦੇਵਾਂਗੇ, ਸਟੂਡੈਂਟ ਫ੍ਰੀ ਜਿਹੜਾ ਆਪਣਾ ਸਫ਼ਰ ਕਰ ਸਕਦੇ ਨੇ, ਪੈਨਸ਼ਨ ਦੁੱਗਣੀ ਕਰ ਦੇਵਾਂਗੇ, ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦੇਵਾਂਗੇ, ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ? ਆਹ ਦੇਖੋ ਜੀ, ਇਸ ਤੱਕ ਰੋਡਵੇਜ਼ ਦੀਆਂ ਬੱਸਾਂ ਹੀ ਕਿੰਨੀਆਂ ਗਿਆ ਜਿਹਦੇ 'ਚ ਉਹਨਾਂ ਨੂੰ ਸਫ਼ਰ ਕਰਨਾ ਮਿਲੂਗਾ। ਦੂਸਰਾ ਵੀ ਤੁਸੀਂ 2000 ਦਾ 1500 ਰੁਪਈਆ, ਤੁਸੀਂ ਦੱਸੋ 1500 ਰੁਪਈਏ ਨਾਲ ਕੀ ਹੁੰਦਾ? ਆਪ ਤੁਸੀਂ 85,000 ਲੈਂਦੇ ਜੇ, ਅਤੇ ਜਿੰਨੀ ਵਾਰੀ MLA ਬਣਦੀ ਉੱਨੀ ਵਾਰੀ ਲੈਂਦੇ ਜੇ, ਮੁੱਖ ਮੰਤਰੀ ਬਣਦੇ ਲੈਂਦੇ ਜੇ, ਤੁਸੀਂ ਉਹ ਵਾਅਦਾ ਨਹੀਂ, ਗਾਂਹ ਨੌਜਵਾਨ ਨੂੰ ਬੇਰੁਜ਼ਗਾਰੀ ਭੱਤਾ ਨਹੀਂ ਤੁਸੀਂ ਦੇ ਸਕਦੇ, ਨੌਕਰੀਆਂ ਦਾ ਲਾਰਾ ਤੁਹਾਡਾ ਫਲੋਪ ਹੋ ਗਿਆ, 48,000 ਦੇਣੀ ਆ ਕਿ ਨਹੀਂ ਦੇਣੀ ਹੈ ਵੀ ਟਾਈਮ ਦੱਸੂਗਾ, ਰੋਜ਼ ਨੌਜਵਾਨ ਨੂੰ ਕੁੱਟ ਰਹੇ ਜੇ। ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੋਂ ਤਾਂ ਸਰਕਾਰ ਮੁਨਕਰ ਹੋਊਗੀ, ਜਿਹੜਾ ਉਹਨੇ ਕਰਜ਼ਾ ਮਾਫ਼ੀ ਦੀ ਗੱਲ ਕਹੀ ਬਹੁਤ ਥੋੜ੍ਹੀ ਆ, ਉਹਦੇ ਨਾਲ ਸਰਦਾ ਨਹੀਂ ਹੈਗਾ। ਦੂਜਾ ਹੁੰਦਾ ਵੀ ਸਭ ਤੋਂ ਵੀ ਲੋਕਾਂ ਨੂੰ ਆਪਣੇ ਪੈਰਾਂ ਸਿਰ ਖੜੇ ਕਰਨਾ, ਜਿਹੜੀਆਂ ਸਮੱਸਿਆ ਪੰਜਾਬ ਦੀਆਂ ਪਹਿਲੋਂ ਸੀ ਅੱਜ ਵੀ ਹੈ, ਚਾਹੇ ਪੰਜਾਬ ਦੀ ਪਾਣੀ ਦੀ ਸਮੱਸਿਆ ਸੀ, ਚਾਹੇ ਇਹਦੋਂ ਗਾਂ ਕਰਜ਼ੇ ਦੀ ਸਮੱਸਿਆ ਸੀ, ਚਾਹੇ ਇੰਪਲੋਇਮੈਂਟ ਨਹੀਂ ਸੀ ਹੈਗੀ ਪੰਜਾਬ ਦੇ ਵਿੱਚ, ਚਾਹੇ ਲਾ ਐਂਡ ਆਰਡਰ ਦਾ ਸਵਾਲ ਸੀਗਾ, ਉੱਥੇ ਮਾਫੀਆ ਨੂੰ ਕਹਿ ਕੇ ਲੈਂਡ ਮਾਫੀਆ ਖਤਮ ਕਰਾਂਗੇ, ਸੈਂਡ ਮਾਫੀਆ ਖਤਮ ਕਰਾਂਗੇ, ਜਾਂ ਜਿਹੜਾ ਰੋਡਵੇਜ਼ ਦਾ ਬੱਸ ਮਾਫੀਆ ਵਾ ਉਹਨੂੰ ਖਤਮ ਕਰਾਂਗੇ, ਕੇਵਲ ਮਾਫੀਆ, ਇਹਨਾਂ ਦੇ ਮੰਤਰੀ ਕਹਿੰਦੇ ਰਹੇ 20,000 ਕਰੋੜ ਦਾ ਵਿੱਚ ਘਪਲਾ ਵਾ, ਉਹ ਕੁਛ ਵੀ ਤਾਂ ਨਹੀਂ ਹੋਇਆ ਇਹਨਾਂ ਕੋਲ, ਜਾਣੀ ਸਮੱਸਿਆ ਹੋਰ ਵਧੀਆਂ ਨੇ ਘਟੀਆਂ ਨਹੀਂ ਹੈਗੀਆਂ। ਬਸ ਚੌਥਾ ਸਾਲ ਲੋਕਾਂ ਨੂੰ ਕੁਛ ਥੋੜ੍ਹਾ ਮੋਟਾ ਦਬਾ ਕੇ ਲਭਾਣ ਦੇ ਕੇ ਇਲੈਕਸ਼ਨ ਜਿੱਤਣ ਦੀ ਤਿਆਰੀ ਆ, ਪੰਜਾਬ ਦੀਆਂ ਸਮੱਸਿਆ ਦਾ ਕੋਈ ਹੱਲ ਨਹੀਂ। ਜਿਹੜੀਆਂ ਗੱਲਾਂ ਕਹਿ ਕੇ ਕੈਪਟਨ ਸਰਕਾਰ ਨੇ ਇਲੈਕਸ਼ਨ ਜਿੱਤੀ ਸੀ ਉਹਨਾਂ ਸਾਰਿਆਂ ਤੋਂ ਭੱਜ ਨਿਕਲੀ, ਇਹ ਕਿਸਾਨਾਂ ਮਜ਼ਦੂਰਾਂ ਨਾਲ ਧੋਖਾ ਹੋਇਆ। ਤੁਹਾਨੂੰ ਲੱਗਦਾ ਕਿ ਇੱਕ ਪਾਸੇ ਕਿਹਾ ਜਾ ਰਿਹਾ ਸੀ ਕਿ ਸਰਕਾਰ ਦਾ ਜਿਹੜਾ ਖਜ਼ਾਨਾ ਉਹ ਖਾਲੀ ਹੈਗਾ, ਤਾਂ ਦੂਜੇ ਪਾਸੇ ਇੱਦਾਂ ਦੀ ਜਿਹੜੀ ਛੋਸ਼ੇਬਾਜ਼ੀ ਉਹ ਛੱਡੀ ਜਾ ਰਹੀ ਹੈ? ਦੇਖੋ, ਖਜ਼ਾਨੇ ਦਾ ਤਾਂ ਹੈ ਨਾ, ਜਦੋਂ ਪੱਤਰਕਾਰ ਪਹਿਲਾਂ ਉਦੋਂ ਤਾਂ ਕਹਿੰਦੇ ਸੀ ਅਸੀਂ ਰੇਤ ਤੋਂ ਰੈਵਨਿਊ ਕਰਾਂਗੇ, ਰੈਵਨਿਊ ਤਾਂ ਲੁੱਟ ਹੋ ਰਹੀ ਆ ਆਬਕਾਰੀ ਦੇ ਵਿੱਚ, ਜਿਹੜੇ ਹੋਰ ਸਟੇਟ ਨੇ ਉਹ 32 ਤਮਿਲਨਾਡੂ ਵਰਗੇ 32,000 ਕਰੋੜ ਰੁਪਇਆ ਕਮਾਈ ਕਰਦੇ, ਇਹਨਾਂ ਦਾ 6,000 ਹੈ, ਤਾਂ ਇਹ ਤਾਂ ਸਾਰੀ ਘਪਲੇਬਾਜ਼ੀ ਕਰ ਰਹੇ ਨੇ। ਇੱਕ ਬਾਸਿਆ ਮੰਤਰੀ ਕੋਲ 10 ਉੱਥੇ ਬੇਅਰ ਪਰਮਿਟ ਚਲਾਈ ਜਾਣ ਡੇ ਆ, ਇਹ ਆਪ ਕਹਿੰਦੇ ਰਹੇ ਨੇ। ਜਿੱਥੋਂ ਰੈਵਨਿਊ ਆਉਣਾ ਸੀ ਉਹਨਾਂ ਥਾਵਾਂ 'ਤੇ ਤਾਂ ਲੀਗਲਾਈਜ਼ ਕੁਛ ਕੀਤਾ ਹੀ ਨਹੀਂ ਹੈਗਾ, ਰੈਵਨਿਊ ਅੰਦਰ ਖਾਤੇ ਪੈਂਦਾ ਰਿਹਾ। ਸੋ ਰੈਵਨਿਊ ਇਕੱਠਾ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ, ਜਿਹੜੇ ਵਾਅਦੇ ਕੀਤੇ ਉਹਨਾਂ ਵਾਅਦਿਆਂ ਨੂੰ ਇੰਪਲੀਮੈਂਟ ਵੀ ਕਰਨਾ ਹੁੰਦਾ, ਜ਼ਿੰਮੇਵਾਰੀ ਹੁੰਦੀ ਸਰਕਾਰ ਦੀ। ਸੋ ਸਰਕਾਰ ਕਿਸੇ ਕੰਮ 'ਚ ਵੀ, ਮਨਪ੍ਰੀਤ ਬਾਦਲ ਜੀ ਆਪ ਕਹਿੰਦੇ ਰਹੇ ਵੀ 3 ਸਾਲ ਦੇ ਦਿਓ, 4th-5th ਸਾਲ ਪਲੱਸ ਕਰ ਦਾਂਗੇ ਬਜਟ, ਤਾਂ 80,000 ਕਰੋੜ ਰੁਪਇਆ ਕਰਜ਼ਾ ਹੋਰ ਪੰਜਾਬ ਦੇ ਸਿਰ ਚੱਕਦਾ, ਜਿਹੜੀ ਸਾਰੇ ਪੱਖ ਤੋਂ ਸਰਕਾਰ ਨਾਕਾਮਯਾਬ ਰਹੀ ਪੰਜਾਬ ਸਰਕਾਰ ਜੀ। ਤੁਸੀਂ ਦੇਖ ਰਹੇ ਹੋ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ 5 ਰਾਜਾਂ ਦੇ ਵਿੱਚ ਜਿਹੜਾ ਦੌਰਾ ਕੀਤਾ ਜਾਊਗਾ, ਜਿੱਥੇ ਤੱਕ ਤੁਸੀਂ ਦੇਖ ਸਕਦੇ ਬੀਜੇਪੀ ਸਰਕਾਰ ਦੀ ਜਿਹੜੀ ਵੋਟਿੰਗ 5 ਰਾਜਾਂ ਦੇ ਵਿੱਚ ਹੋਣੀ ਆ, ਤਾਂ ਇਹ
ठीक है, लोगों को अवेयर करना चाहिए भी भाजपा जो नीतियां लेके आ रही पूरी तरह कारपोरेट पक्षी ने, किसानों खेती चो उजाड़ देनगियां, किसान मजदूर जुड़िया वा, छोटा लघु उद्योग जुड़िया वा, सारे जुड़े हुए दुकानदार, वो सारा खत्म हो जाऊगा। लोग भी भाजपा का मतलब वोट ना पाउन, उन्हें किन्ने पाउन अपनी मर्जी ना वेख लें, असं दूजिया पार्टियां का समर्थन नहीं करते भी कितने नीतियां उन्होंने ठीक है, पर भाजपा क्यों कोई कर रही है, इस करके भाजपा को वोट ना दी जाए, किनू दी जाए ना दे, बाकी बंगाल के लोगों को अवेयर करना साडा हक है, पछमी बंगाल हो जाए, होर स्टेट हो गया, आसाम हो गया, लोगों ने फैसला की करना उन्होंने करना जी। जे असं दूजे राज्य देखते तो किसान दी हालातां तां उत्थे भी ठीक ने, उन्हां दी हालत उत्थे भी खराब हैगी आ, तां तुहानूं लगदा नहीं गा कि जो इस हिसाब नाल पहला ही किसानी अंदोलन का प्रभाव पूरे देशां दे विच पिया होया, तां किसान आप ही समझदार होणगे, लोग भी जागरूक होणगे? हाँ ठीक है, असल विच परिस्थितियां कई बार स्थानक जड़ियाँ कई बार आर्थिक पक्षों ज़्यादा निघार च होंदियां वा, जिवें कोरोना के नाते दूजिया स्टेटां नूं डराया गया, सो अंदोलन दिन प्रतिदिन जदों लोग जा रहे ने, उन्हां तक गल जा रही आ, फिर सारी गल उन्हां सामने आ रही आ, भाजपा ने अरबां रुपया कानूनों के हक च प्रचार लई लोकां नूं गुमराह किया, गुमराह टुट रहा, भाजपा के अंदरों विरोध आ रहा, सो ये ज़्यादातर चलना नहीं है। किस तरह लग रहा है कि अजे भी सरकार कई इदां दे हथ कंडे अपना रही है, जिस तरह आप कह दिए कि जो भी किसानी अंदोलन के हक के बोलता, चाहे वह सुखपाल सिंह खेरा ही क्यों ना होवे, उन्हां दे भी घर भी एडी की जिहड़ी रेड आ पवा दी जाती, किस तरह देखते हो? देखो इन्हां चीज़ां नाल होर बल मिलदा, सरकार नंगी हुंदी है, तुसीं वेखो आड़तियां खिलाफ, पंजाब दे ट्रांसपोर्टरां खिलाफ, पंजाब दे गायकां खिलाफ, किसानां ते जिवें हथ कंडे अपनाए गए, हुण होर भी कर लैण, ये ना कुछ बिगाड़ते नहीं है, वो छल करना चाहते आ, जोकों मानसिक तौर पर डरा चाहते आ, उन्हों सारिया चाल लोगों ने कुट दतिया, अंदोलन तो अगे जा रहा, फिर सरकार नाकामयाब हो रही है, ये होर लोगों को बल मिलता वा लड़ाई संघर्ष का। देव साहब जी, 26 मार्च का जो ऐलान किया हो पूरे भारत बंद कर, उसनों पूर्ण तौर पर जो समर्थन दिता जा रहा है? हाँ बिल्कुल, असं मीटिंग करके भी उन्होंने कस्बे च शहर किमें कामयाब करना वा, वो रूपरेखा पूरी दिता जाऊगा जो पूरे दिन वास्ते? ना पूरे दिन वास्ते ही, लगभग बहुत बहुत धन्यवाद। सो दर्शको, तुसीं देखिया कि हुण 26 मार्च नूं एक प्रोग्राम दिता गया, उस तो पहला 14-15-16 की जिहड़ी रैलियां वह भदेर साहब जी वल्लों कीतियां जा रही ने, लोगों नूं जागरूक किया जा रहा, तो हुण गर्मियां दी जिहड़ी तैयारियां वह भी वड्डे पद्धर ते कीतियां जा रही ने, तां जो उत्थों ही लामबंद किसानां नूं करके इत्थे लिआंदा जा रहा, दस्या जा रहा कि किस तरह हुण असीं गर्मी तों वी निजिठणा हैगा। सो बने रहियो तुसीं पंजाब न्यूज़ दे नाल, इसे ही तरह अगे भी तुहानूं किसानी अंदोलन की पल पल की अपडेट देंदे रहांगे, तद तक लई इजाज़त दो, धन्यवाद।